ਕਰਦਾ ਸਾਰਾ ਸਮਾਨ ਸਾਰਾ ਸਾੜਦਾ ਜੀ ਸਾਰਾ, ਕੋਈ ਇੱਕ ਚੀਜ਼ ਨਹੀਂ ਕੱਲੇ ਕੱਲੇ ਕੱਪੜੇ ਨੂੰ ਮੋਟਰਸਾਈਕਲ ਤੇ ਸਾਈਕਲ ਤੇਲ ਮੋਟਰਸਾਈਕਲ ਚੋਂ ਕੱਢ ਕੇ ਬੈਡਾਂ ਨੂੰ ਖੋਲ ਖੋਲ ਕੇ ਲੰਬਾਰੀਆਂ ਚ ਅੱਗ ਲਾ ਕੇ ਐਲਸੀਡੀ ਵੀ ਇਹਨਾਂ ਨੇ ਖੜੀ ਆ, ਹੋਰ ਸਮਾਨ ਵੀ ਇਹਨਾਂ ਨੇ ਖੜਿਆ, ਮੁੰਡਿਆਂ ਦੇ ਕੱਪੜੇ ਜਿਹੜੇ ਕਿੱਟਾਂ ਉਹ ਨਹੀਂ ਸਾੜੂਆ, ਉਹ ਇਹਨਾਂ ਨੇ ਉਦਾਂ ਚੁੱਕ ਕੇ ਖੜੀਆਂ, ਬਾਕੀ ਸਾਰੇ ਨਾ ਸਾਰੇ ਘਰ ਨੂੰ ਅੱਗ ਲਾ ਸਾਰੇ ਘਰ ਨੂੰ, ਕਿੰਨਾ ਕੁ ਨੁਕਸਾਨ ਹੋ ਗਿਆ। ਗੁੱਡ ਫ੍ਰਾਈਡੇ ਮੌਕੇ ਅਣਪਛਾਤਿਆਂ ਨੇ ਘਰ ਦੇ ਵਿੱਚ ਲਗਾਈ ਅੱਗ। ਪੁਲਿਸ ਕੰਪਲੇਂਟ ਦਿੱਤੀ, ਉਹਨਾਂ ਦੀ ਮਾਂ ਨੇ ਵੀ ਕਿਹਾ ਕਿ ਅਸੀਂ ਗੋਲੀ ਮਰਵਾਉਣੀ ਆ, ਯਾਨੀ ਕਿ ਜਦੋਂ ਉਹਨਾਂ ਨੂੰ ਸ਼ੋਅ ਹੋ ਗਿਆ ਤੇ ਉਹਨਾਂ ਦੀ ਕੋਰਟ ਮੈਰਿਜ ਹੋ ਗਈ ਆ, ਅਸੀਂ ਕੁੱਖ ਨਹੀਂ ਕਰ ਸਕਦੇ। ਉਹਨਾਂ ਨੇ ਮੁੰਡੇ ਨੂੰ ਜੇਲ੍ਹ 'ਚ ਛਡਾਇਆ, ਉਹਦੀ ਘਰਦੀ ਨੇ ਫੋਨ ਕੀਤਾ ਕਿ ਜੇਲ੍ਹ 'ਚ ਛੁੱਟ ਕੇ ਜਲਦੀ ਆ, ਉਹਨਾਂ ਨੇ ਕੱਲ੍ਹ ਆਣ ਕੇ ਰਾਤ ਸਾਨੂੰ ਪਤਾ ਲੱਗਿਆ ਕਿ ਉਹ ਮੁੰਡੇ ਨੇ ਕਿਹਾ ਦੱਸਿਆ ਕਿ ਉਹ ਪਹੁੰਚ ਗਿਆ ਘਰ ਦਾ ਸਾਰਾ ਸਮਾਨ ਸੜ ਕੇ ਹੋਇਆ ਸਵਾ। ਥਾਣਾ ਲਮਦਾਸ ਅਧੀਨ ਆਉਂਦੇ ਪਿੰਡ ਪੂਰੇਗਲ ਵਿਖੇ ਬੀਤੀ ਰਾਤ ਚਰਚ ਦੇ ਵਿੱਚ ਗੁੱਡ ਫ੍ਰਾਈਡੇ ਮਨਾ ਰਹੇ ਇੱਕ ਪਰਿਵਾਰ ਦੇ ਘਰ ਦੇ ਵਿੱਚ ਅਣਪਛਾਤਿਆਂ ਨੇ ਅੱਗ ਲਗਾ ਦਿੱਤੀ ਹੈ। ਦਰਅਸਲ ਅੱਗ ਇੰਨੀ ਭਿਆਨਕ ਸੀ ਕਿ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਤੇ ਪੀੜਤ ਪਰਿਵਾਰ ਦਾ ਕਹਿਣਾ ਕਿ ਜਦ ਉਹ ਸਵੇਰੇ ਘਰ ਪਹੁੰਚਿਆ ਤਾਂ ਉਹਨਾਂ ਵੇਖਿਆ ਕਿ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਚੁੱਕਿਆ ਤੇ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਅੱਗ ਤੇ ਕਾਬੂ ਪਾਇਆ ਗਿਆ। ਇਸ ਮੌਕੇ ਉਹਨਾਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਰਅਸਲ ਇਸ ਸੰਬੰਧੀ ਪੀੜਤ ਪਰਿਵਾਰ ਜਿਨ੍ਹਾਂ ਦਾ ਇਹ ਕਹਿਣਾ ਕਿ ਉਹ ਰਾਤ ਦੇ ਸਮੇਂ ਗੁੱਡ ਫ੍ਰਾਈਡੇ ਮੌਕੇ ਘਰੋਂ ਗਏ ਸਨ ਤੇ ਜਦੋਂ ਸਵੇਰੇ ਘਰ ਪਰਤਦੇ ਨੇ ਤਾਂ ਘਰ ਦੇ ਵਿੱਚ ਅੱਗ ਲੱਗੀ ਹੋਈ ਸੀ। ਉਹਨਾਂ ਨੂੰ ਸ਼ੱਕ ਹੈ ਕਿ ਕਿਸੇ ਅਣਪਛਾਤੇ ਦੇ ਵੱਲੋਂ ਇਹ ਅੱਗ ਲਾਈ ਗਈ ਹੈ ਤੇ ਉੱਥੇ ਹੀ ਪੀੜਤ ਪਰਿਵਾਰ ਜਿਨ੍ਹਾਂ ਦਾ ਇਹ ਕਹਿਣਾ ਕਿ ਉਹ ਰਾਤ ਦੇ ਸਮੇਂ ਗੁੱਡ ਫ੍ਰਾਈਡੇ ਮਨਾਉਣ ਦੇ ਲਈ ਚਰਚ ਗਏ ਸਨ ਤੇ ਜਦ ਸਵੇਰੇ ਘਰ ਪਰਤੇ ਨੇ ਤਾਂ ਘਰ ਦੇ ਸਾਰੇ ਸਮਾਨ ਨੂੰ ਅੱਗ ਲੱਗੀ ਹੋਈ ਸੀ। ਉਹਨਾਂ ਸ਼ੱਕ ਜ਼ਾਹਰ ਕੀਤਾ ਕਿ ਰੰਜਸ਼ ਦੇ ਚੱਲਦਿਆਂ ਪਿੰਡ ਦੇ ਹੀ ਕੁਛ ਵਿਅਕਤੀਆਂ ਦੇ ਵੱਲੋਂ ਘਰ ਦੇ ਵਿੱਚ ਅੱਗ ਲਗਾਈ ਗਈ ਹੈ। ਫਿਲਹਾਲ ਪੁਲਿਸ ਦੇ ਕੋਲੋਂ ਉਹਨਾਂ ਕਾਰਵਾਈ ਦੀ ਮੰਗ ਕੀਤੀ ਹੈ ਤੇ ਉਧਰ ਇਸ ਬਾਬਤ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪਿੰਡ ਆ, ਨਾਮ ਮੇਰਾ ਵਿਲਸਨ ਆ, ਅਸੀਂ ਚਮੈਰੀ ਚਰਚ ਵਿੱਚ ਕੱਲ੍ਹ ਗੁੱਡ ਫਰਾਈਡੇ ਸੀ, ਸਾਰਾ ਦਿਨ 5:30 ਅਸੀਂ ਚਰਚ ਤੋਂ ਛੁੱਟੇ ਹਾਂ। ਚਰਚ ਤੋਂ ਛੁੱਟ ਕੇ ਅਸੀਂ ਜਿਹੜਾ ਚਮੈਰੀ ਪੈਰਿਸ਼ ਆ ਉੱਥੇ ਮੇਰੇ ਸਹੁਰੇ ਆ, ਮੈਂ ਰਾਤ ਉੱਥੇ ਰਹਿ ਪਿਆ, ਥੱਕੇ ਹਾਂ, ਅਸੀਂ ਉੱਥੇ ਸੌਂਗੇ। ਸੁਬਹਾ 6 ਅਸੀਂ ਆਏ ਹਾਂ, ਜਦੋਂ 6 ਆਣ ਕੇ ਗੇਟ ਐਂਟਰੀ ਕਰਕੇ ਅਸੀਂ ਮੇਨ ਬੂਹਾ ਖੋਲ੍ਹਣ ਲੱਗੇ ਤਾਂ ਅੰਦਰੋਂ ਚਿਟਕਣੀਆਂ ਲੱਗੀਆਂ। ਸਾਨੂੰ ਸ਼ੱਕ ਪਿਆ ਕਿ ਅਸੀਂ ਇਹ ਕੁਝ ਹੈਗਾ ਅੰਦਰ ਜਿਹੜੇ ਚਿਟਕਣੀਆਂ ਮਾਰ ਕੇ ਬੈਠੇ ਆ। ਫਿਰ ਅਸੀਂ ਕੋਸ਼ਿਸ਼ ਕੀਤੀ, ਅਸੀਂ ਦੂਜੇ ਬੰਨੇ 'ਤੇ ਚੜ੍ਹ ਕੇ ਕੋਠੇ 'ਤੇ ਚੜ੍ਹੇ ਮੌਂਟੀ 'ਤੇ, ਅਤੇ ਮੌਂਟੀ 'ਤੇ ਚੜ੍ਹ ਕੇ ਵੇਖਿਆ ਬੂਹਾ ਖੁੱਲ੍ਹਾ, ਸ਼ੀਸ਼ੇ ਟੁੱਟੇ ਜਿਹਦੇ ਵਿੱਚ ਉਹਦੇ ਦਾਖਲ ਹੋਏ। ਦਾਖਲ ਹੋ ਕੇ ਇਹਨਾਂ ਨੇ ਅੰਦਰੋਂ ਅੱਗ ਲਾ ਕੇ ਸਾਰੇ ਬੈੱਡ ਅਲਮਾਰੀਆਂ ਸਾਰੀਆਂ ਉਹਨਾਂ ਨੇ ਖੋਲ੍ਹ ਖੋਲ੍ਹ ਕੇ ਵਿੱਚ ਉਹਨਾਂ ਦਾ ਰਾਡ ਆ ਸੱਬਲ ਉਹਦੇ ਨਾਲ ਉਹਨਾਂ ਨੇ ਪੱਟਿਆ, ਪੱਟ ਕੇ ਫਿਰ ਉਹਨਾਂ ਦੇ ਮੇਰੇ ਕੈਸ਼ ਹੀ ਕਿੱਟ 'ਚ ਜੋ ਮੇਰਾ ਬ੍ਰੇਜ ਕੇਸ ਸਮਾਨ ਐਲ ਸੀ ਡੀ ਵਗੈਰਾ ਲਾ ਕੇ ਲੈ ਗਏ ਆ। ਘਰ ਦਾ ਸਾਰਾ ਸਮਾਨ ਸਾਰਾ ਸਾੜਤਾ ਜੀ ਸਾਰਾ, ਕੋਈ ਇੱਕ ਚੀਜ਼ ਨਹੀਂ, ਕੱਲੇ ਕੱਲੇ ਕੱਪੜੇ ਨੂੰ ਮੋਟਰਸਾਈਕਲ ਤੇ ਸਾਈਕਲ ਤੇਲ ਮੋਟਰਸਾਈਕਲ 'ਚੋਂ ਕੱਢ ਕੇ ਬੈੱਡਾਂ ਨੂੰ ਖੋਲ੍ਹ ਖੋਲ੍ਹ ਕੇ ਲੰਬਾਰੀਆਂ 'ਚ ਅੱਗ ਲਾ ਕੇ ਗਏ ਆ। ਕੀ ਪੁਰਾਣੀ ਰੰਜਿਸ਼ ਸੀ ਕੋਈ ਜੀ? ਸਰ ਜੀ ਉਹ ਪੁਰਾਣੀ ਰੰਸ਼ ਜੀ, ਹਾਂਜੀ। ਕੀ ਕੌਣ ਬੰਦੇ ਆ? ਉਹਨਾਂ ਦੇ ਮੁਲਕ ਮੁੰਡੇ ਜਿਹੜੇ ਉਹਦੀ ਭੈਣ ਕੱਢ ਕੇ ਖੜੀ ਸੀ, ਮੇਰੇ ਬੇਟੇ ਨੇ, ਉਹ ਉਹਨਾਂ ਦੀ ਸ਼ਾਦੀ ਹੋ ਗਈ ਆ, ਉਹ ਕੋਰਟ ਮੈਰਿਜ ਉਹਨਾਂ ਦੀ ਹੋ ਚੁੱਕੀ ਆ। ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਇਹਨਾਂ ਦੀ ਕੋਰਟ ਮੈਰਿਜ ਹੋ ਗਈ ਆ, ਉਹ ਮੁੰਡਾ ਜੇਲ੍ਹ 'ਚੋਂ ਆਇਆ, ਆਣ ਕੇ ਉਹਨੇ ਇਹ ਤਰ੍ਹਾਂ ਦੇ ਹੀ ਕੰਮ ਕੀਤਾ। ਪੁਰਾਣੀ ਰੰਜਿਸ਼ ਕੋਈ ਉਹਦੇ ਗੱਲ ਦੇ ਨਾ, ਹੋਰ ਕੋਈ ਸਾਡੇ ਨੇ ਉਹਦੇ ਨਾਲ ਕੋਈ ਗੱਲਬਾਤ ਲੱਗਦਾ ਉਹਦੇ ਕਰਕੇ ਕੀਤਾ ਸਾਰਾ? ਹਾਂਜੀ ਉਹਦਾ ਕਰਕੇ ਕੀਤਾ। ਪੁਲਿਸ ਕੰਪਲੇਂਟ, ਉਹਨਾਂ ਦੀ ਮਾਂ ਨੇ ਵੀ ਕਿਹਾ ਕਿ ਅਸੀਂ ਗੋਲੀ ਮਰਵਾਉਣੀ ਆ, ਯਾਨੀ ਕਿ ਜਦੋਂ ਉਹਨਾਂ ਨੂੰ ਸ਼ੋਅ ਹੋ ਗਿਆ ਕਿ ਉਹਨਾਂ ਦੀ ਕੋਰਟ ਮੈਰਿਜ ਹੋ ਗਈ ਆ, ਅਸੀਂ ਕੁੱਖ ਨਹੀਂ ਕਰ ਸਕਦੇ। ਉਹਨਾਂ ਨੇ ਮੁੰਡੇ ਨੂੰ ਜੇਲ੍ਹ 'ਚੋਂ ਛਡਾਇਆ, ਉਹਦੀ ਘਰਦੀ ਨੇ ਫੋਨ ਕੀਤਾ ਕਿ ਜੇਲ੍ਹ 'ਚੋਂ ਛੁੱਟ ਕੇ ਜਲਦੀ ਆ। ਉਹਨਾਂ ਨੇ ਕੱਲ੍ਹ ਆਣ ਕੇ ਇਹ ਰਾਤ ਸਾਨੂੰ ਪਤਾ ਲੱਗ ਗਿਆ ਕਿ ਉਹ ਮੁੰਡੇ ਨੇ ਕਿਹਨੂੰ ਦੱਸਿਆ ਕਿ ਉਹ ਪਹੁੰਚ ਗਿਆ। ਠੀਕ ਹੈ।
ਠੀਕ ਹੈ ਉਹ ਆਣ ਕੇ ਉਹਨੇ ਰਾਤ ਕੰਮ ਕਰ, ਸ਼ੁਕਰ ਹੈ ਕਿ ਅਸੀਂ ਉਹ ਘਰ ਦੇ ਵਿੱਚ ਨਹੀਂ ਹਾਂ, ਨਹੀਂ ਤਾਂ ਹੋ ਸਕਦਾ ਹੈ ਕਿ ਸਾਨੂੰ ਵੀ ਪਤਾ ਨਹੀਂ ਉਹ ਕਿੰਨੇ ਜਣੇ ਸੀ ਕਿੰਨੇ ਜਣੇ ਨਹੀਂ। ਪੁਲਿਸ ਕੰਪਲੇਂਟ ਕੀਤੀ ਕੋਈ? ਅਜੇ ਤਾਂ ਡਏ ਹਾਂ, ਕਾਰਵਾਈ ਚੱਲਣ ਡੇ ਆਏ ਸੀ, ਚੱਲ ਗਏ ਆ, ਪਰ ਅਜੇ ਦਰਖਾਸਤ ਲੈ ਕੇ ਅਸੀਂ ਜਾ ਰਹੇ ਹਾਂ। ਚੋਣ ਕੀ ਮੰਗ ਕਰਦੇ ਜੋ? ਮੰਗ ਵੇਖੋ ਜੀ, ਸਾਡਾ ਨੁਕਸਾਨ ਜਿਹੜਾ ਹੋਇਆ ਸਾਰਿਆਂ ਨੂੰ ਪਤਾ, ਜਿੱਦਾਂ ਵੀ ਹੋਇਆ ਸਾਡਾ ਨੁਕਸਾਨ ਦੀ ਪੂਰੀ ਮੰਗ ਪੂਰਾ ਕਰਨਾ, ਲੱਗਦਾ ਕਾਰਵਾਈ ਹੋਣੀ ਚਾਹੀਦੀ, ਜਿੰਨਾ ਕਾਰਵਾਈ ਪੂਰੀ ਸਾਡੀ ਪੂਰੀ ਮਜ਼ਦ ਹੋਣੀ ਚਾਹੀਦੀ ਆ ਕਿ ਜਿੰਨਾ ਵੀ ਸਾਡਾ ਨੁਕਸਾਨ ਹੋਇਆ ਉਹ ਭਰਨਾ। ਕੀ ਗੱਲਬਾਤ ਹੋਈ ਜੀ? ਮੇਰਾ ਨਾਮ ਰਾਜ ਆ ਅਤੇ ਪਿੰਡ ਪੂਰੇ ਗੱਲ ਆ, ਅਤੇ ਅਸੀਂ ਤੁਹਾਨੂੰ ਚਰਚ ਵਿੱਚ ਅਸੀਂ ਤਾਂ ਸਾਰਾ ਦਿਹਾੜੀ ਉੱਥੇ ਰਹੇ, ਅਤੇ ਬਾਅਦ ਵਿੱਚ ਅਸੀਂ ਰਾਤ ਵੀ ਉੱਥੇ ਰਹਿ ਗਏ, ਅਤੇ ਇਹਨਾਂ ਨੇ ਸਾਡੇ ਘਰ ਤੜਕੇ ਹੀ ਆਣ ਕੇ ਪੌਦੇ ਬੂਹੇ, ਅਤੇ ਅੰਦਰੋਂ ਬੂਹੇ ਦਰਵਾਜ਼ੇ ਸਾਡੇ ਬੰਦ ਆ, ਅਤੇ ਅਸੀਂ ਰੋਣ ਕੱਢਣ ਡਿਆ ਵੀ ਮੈਂ ਬਾਹਰ ਭੱਜ ਗਈ, ਮੈਂ ਕੋਈ ਚੀਜ਼ ਜਿਹੜੇ ਨਹੀਂ ਫੜ ਕੇ ਬੂਹੇ ਖੋਲ੍ਹਦੇ ਹਾਂ, ਅਤੇ ਇਹਨੂੰ ਮੈਂ ਕਹਿੰਦੀ ਅੰਦਰ ਨਾ ਵੜੀ, ਤੂੰ ਨਾ ਵੜੀ, ਕੀਤਾ ਅੰਦਰ ਬੰਦੇ ਬੈਠੇ ਜੀ, ਬੰਦੇ ਬੈਠੇ ਜੀ, ਬਸ ਇੰਨੀ ਗੱਲ ਉੱਤੋਂ ਦੀ ਆਣ ਕੇ ਇਹਨਾਂ ਨੇ ਸਾਡੇ ਦਰਵਾਜ਼ੇ ਭੰਨ ਕੇ ਅੰਦਰ ਬੂਹੇ ਖੋਲ੍ਹ ਕੇ ਇਹਨਾਂ ਨੇ ਸਮਾਨ ਦੀ ਸਾਡੀ ਕੀਤੀ, ਐਲ ਸੀ ਡੀ ਵੀ ਇਹਨਾਂ ਨੇ ਖੜੀ ਆ, ਉਹ ਸਮਾਨ ਵੀ ਇਹਨਾਂ ਨੇ ਖੜਿਆ, ਮੁੰਡਿਆਂ ਦੇ ਕੱਪੜੇ ਜਿਹੜੇ ਕਿੱਟਾਂ ਉਹ ਨਹੀਂ ਸਾੜੀਆਂ, ਉਹ ਇਹਨਾਂ ਨੇ ਉੱਦਾਂ ਚੁੱਕ ਕੇ ਖੜੀਆਂ, ਬਾਕੀਆਂ ਨੂੰ ਸਾਰਿਆਂ ਨੂੰ ਅੱਗ ਲਾ ਦਿੱਤੀ। ਸਾਰੇ ਘਰ ਨੂੰ ਅੱਗ ਲਾ ਦਿੱਤੀ? ਸਾਰੇ ਘਰ ਨੂੰ ਅੱਗ। ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਵੱਧ ਹੋ ਗਿਆ, ਤੁਹਾਨੂੰ ਮੈਨੂੰ ਦੱਸਿਆ ਨਾ ਕਿੰਨਾ ਹੋ ਗਿਆ। ਕੀ ਮੰਗ ਕਰਦੇ ਜੋ? ਹੋਰ ਜਿੰਨਾ ਮੇਰਾ ਸਮਾਨ ਮੈਨੂੰ ਉਹਨਾਂ ਪੂਰਾ ਚਾਹੀਦਾ। ਠੀਕ ਜੀ, ਇਹ ਪਿੰਡ ਸਾਡਾ ਪੂਰੇ ਗੱਲ ਦੀ ਵਾਰਦਾਤ ਆ ਜੀ। ਅਸੀਂ ਸਵੇਰੇ ਚੌਂਕੀ ਜੀ, ਸਾਨੂੰ ਪਿੰਡ ਤੋਂ ਟੈਲੀਫੋਨ ਆਇਆ ਸੀ ਵੀ ਇੱਥੇ ਕਿਸੇ ਦੇ ਘਰ ਨੂੰ ਅੱਗ ਲੱਗੀ ਆ। ਜਿੱਥੇ ਅਸੀਂ ਮੌਕੇ 'ਤੇ ਗਏ ਉੱਥੇ ਜਾ ਕੇ ਵੇਖਿਆ ਵੀ ਸਾਡੇ ਜਾਂਦਿਆਂ ਨੂੰ ਜਿਹੜੀ ਅੱਗ ਆ ਉਹ ਫਾਇਰ ਬ੍ਰਿਗੇਡ ਨੇ ਬੁਝਾ ਦਿੱਤੀ ਸੀ। ਵਿਲਸਨ ਸੀ ਦੇ ਘਰ ਅੱਗ ਲੱਗੀ ਆ, ਅਤੇ ਉੱਥੇ ਉਹਨਾਂ ਨੂੰ ਕਿਹਾ ਵੀ ਲਿਆਓ ਤੁਸੀਂ ਕਾਰਵਾਈ ਕਰੋ, ਪਰ ਉਹਨਾਂ ਜੀ ਕੋਈ ਬਿਆਨ ਨਹੀਂ ਦਿੱਤਾ, ਨਾ ਕੋਈ ਦਰਖਾਸਤ ਦਿੱਤੀ ਆ, ਕਹਿੰਦੇ ਅਸੀਂ ਬਾਅਦ 'ਚ ਆਣ ਕੇ ਮਤਲਬ ਬਿਆਨ ਦੇ ਦੇਵਾਂਗੇ ਅਤੇ ਕਾਰਵਾਈ ਕਰਵਾਉਣਗੇ।